है? पाई जी, भरजाई बखतौरे की रूढ़ी ते डग्या पिया सी, चक्के लिया डक्या पिया डक्या। मर जाने तू केड़ा सोफी आ, ਇਹ ਮਰ ਜਾਣੇ ਮਸਟੰਡੇ ਰੋਜ਼ ਪਿਆ ਕੇ ਭੇਜ ਦਿੰਦੇ ਭਾਈ। ਸ਼ਿੰਦੇ ਵਾਲੀ ਹੈ ਤਾਂ ਜਮਾ ਅੱਗ ਦੀ ਲਾਟ, ਭਰਜਾਈ ਸੁਪਣੇ ਕੀ ਰੀਸ ਕਰ ਲੋ ਤੇਰੇ। ਸ਼ਿੰਦੇ ਬਾਈ ਮੈਂ ਤਾਂ ਨੇਕ ਨੂੰ ਛੱਡਣ ਆਇਆ ਸੀ। ਇਹਨੂੰ ਪਤਾ ਨਹੀਂ ਕਿਹੜਾ ਪੈਂਦਾ ਭੈਣ ਦਾ ਖਸਮ ਰੋਜ਼, ਪਰ ਇਹਨੂੰ ਕਿਹਨੇ ਪਿਆਉਣੀ ਆ, ਆਪੇ ਡੱਫਦਾ ਹੋਣਾ ਮੇਰਾ ਸਲਾ। ਹੈਂ ਕਰਤਾਰੂ, ਭਾਬੀ ਸੋਚ ਲੈ, 15 ਕਿੱਲੇ ਆ ਜੱਟ ਦੇ ਹਿੱਸੇ, 15 ਕਿੱਲੇ ਫੇਰ ਮੈਂ ਕੀ ਕਰਾਂ? ਆਈ ਜਾਣ, ਮੈਨੂੰ ਕੀ ਫਾਇਦਾ ਤੇਰੇ ਕਿੱਲਿਆਂ ਦਾ? ਲੈ ਫਾਇਦਾ ਕਿਉਂ ਨਹੀਂ, 15 ਕਿੱਲਿਆਂ ਦੀ ਮਾਲਕਣਾ ਤੂੰ ਮਾਲਕਣਾ। ਸ਼ੰਕਰ ਜੇਠਾ ਤੇਰਾ ਕੀ ਜਾਣਾ ਛੋੜੇ ਮਲੰਗਦਾ, ਮੈਂ ਤਾਂ ਪੱਟੀ ਜਾਊ ਨਾ। ਆ ਦੇਖ ਹੱਥ ਬੰਨੇ ਤੇਰੇ ਮੋਰੇ, ਟਲ ਜਾ। ਭਾਬੀ ਹੁਣ ਹੱਥ ਬੰਨ ਚਾਹੇ ਪੈਰ, ਹੁਣ ਨਹੀਂ ਟਲਦਾ ਜੱਟ। ਵਿਆਹ ਕਰਵਾ ਲਿਆ ਨਾ, ਜ਼ਮੀਨ ਨਿਕਲ ਜੂ ਹੱਥੋਂ। ਮੈਂ ਗੱਲੀ ਬਾਤੀ ਟਰਕਾਉਣ ਨੂੰ ਕਿਹਾ ਸੀ, ਜੱਫੀਆਂ ਪਾਉਣ ਨੂੰ ਨੀ ਕਿਹਾ ਸੀ? ਕਲੇਜਾ ਫੂਕ ਕੇ ਰੱਖਦਾ ਮੇਰਾ। ਓਏ ਪਾਪੇ, ਮੰਮੀ ਨੂੰ ਛੱਡ, ਉੱਤੇ ਮਾਰ ਤੇ ਥੋਪੜ ਖੋਲ ਦੂੰ ਮੈਂ ਤੇਰਾ। ਸਰਦੇ ਕੰਨ ਤੇ ਮਰੂ ਮੈਂ, ਪਤਾ ਤੂੰ ਜਵਾਕਾਂ ਤੇ ਕਾਹਦਾ ਗੁੱਸਾ, ਮੈਨੂੰ ਕਹਿ ਜੋ ਕਹਿਣਾ। ਸਾਲਾ ਫੁਕਰਾ ਬੇਰੋਡੂ, ਦੇਖ ਤੇਰਾ ਤਾਇਆ ਪੈ ਗਿਆ ਕਿ ਨਹੀਂ। ਕਰ ਦੁਖਦਾ ਪੈਰਾ ਆ ਗਿਆ ਭਾਈ, ਧਰਤੀ ਫਟ ਜਾਣੀ ਆ ਕੱਲ ਨੂੰ, ਕੋਈ ਨਹੀਂ ਬਚਣਾ, ਕੋਈ ਵੀ ਨਹੀਂ। ਮੈਂ ਤਾਂ ਵਿੱਚ ਵਿਚਾਲੇ ਫਸ ਗਈ, ਕੀ ਕਰਾਂ? ਜੇ ਭਾਈ ਜੀ ਨੂੰ ਛੱਡਦੀ ਆ ਤਾਂ ਜ਼ਮੀਨ ਜਾਂਦੀ, ਜੇ ਇਹਨੂੰ ਨੇੜੇ ਲਾਨੀ ਆ ਤਾਂ ਘਰ 'ਚ ਕਲੇਸ਼ ਪੈਂਦਾ, ਕੀ ਕਰਾਂ ਮੈਂ? ਇੱਕ ਦੋ ਤਿੰਨ ਚਾਰ। ਉਹ ਇੰਨਾ ਠੋਲੂਆਂ ਨਾਲ ਕੀ ਬਣਨਾ ਰੱਬਾ, ਰੁਪਈਏ ਸਿੱਟ ਕਿਤੋਂ ਰੁਪਈਏ? ਉਹ ਚਰਦੇ, ਉਹ ਚਰਦਿਆਂ ਲੈ ਆ ਬੈਠਾ, ਮੈਂ ਉੱਧਰ ਲੱਭ ਰਿਹਾ। ਉਹ ਰੁਪਈਆਂ ਦੀ ਪੰਡ ਕਹਿ ਚਰਦਿਆ ਪੰਡ, ਨੇਕਾ ਛੜਾ ਨਾ ਜਿਹੜਾ, ਉਹਨੂੰ ਚਾਟ ਤੇ ਲਾਉਣਾ ਪੈਣਾ, ਲੋੜ ਬਣਦਾ ਵਿਚਾਰਾ। ਓਏ ਉਹਦੀਆਂ ਲੋੜਾਂ ਤਾਂ ਛਿੰਦੇ ਵਾਲੀ ਪੂਰੀਆਂ ਕਰੀ ਜਾਂਦੀ ਆ, ਆਪਣੇ ਲੋਟ ਨਹੀਂ ਆਉਣਾ ਨੇਕਾ। ਬਈ ਚਾੜ ਤੇ ਤਾਂ ਲਾਉਣਾ ਪੈਣਾ, ਕੰਨ ਕਰ, ਕੰਧਾਂ ਤੇ ਵੀ ਕੰਨ ਹੁੰਦੇ ਨੇ। ਓਏ ਐਵੇਂ ਸਾਲੇ ਪਿੰਡ ਵਾਲੇ ਤੈਨੂੰ ਚਵਲ ਚਵਲ ਕਹੀ ਜਾਂਦੇ ਆ,
ਹੁੰਦਾ ਤਾਂ ਤੂੰ ਹੀਰਾ ਬਈ ਹੀਰਾ। ਉਹ ਤਾਂ ਮੈਂ ਹਾਂ ਹੀ। ਦੇਖ ਗੱਲ ਸਿੱਧੀ ਚੰਗੀ ਹੁੰਦੀ ਹੈ, ਜਿੰਨਾ ਮਾਲ ਛਕਾਂਗੇ ਅੱਧੋ ਅੱਧ। ਓਏ ਫੇਰ ਤਾਂ ਸਾਲਿਆ ਪਿੰਡ ਵਾਲੇ ਠੀਕ ਹੀ ਕਹਿੰਦੇ ਆ, ਬੰਦਾ ਤੂੰ ਚਾਵਲੇ। ਉਹ ਲਿਆਓ ਭਾਈ ਲਿਆਓ ਰੋਟੀ ਛੇਤੀ ਲਿਆਓ, ਭੁੱਖ ਬੜੀ ਲੱਗੀ ਆ। ਮੈਂ ਬਾਹਰ ਦੇਖਣਾ ਜਾ ਕੇ ਖੇਤਾਂ ਦਾ। ਉਹ ਸ਼ਿੰਦਿਆ, ਨਾ ਤੂੰ ਆੜਤੀ ਤੇ ਗਿਆ ਸੀ, ਕੀ ਕਹਿੰਦਾ ਉਹ? ਤੈਨੂੰ ਬੁਲਾਉਂਦਾ ਸੀ, ਕਹਿੰਦਾ ਲਾਣੇਦਾਰ ਨੂੰ ਭੇਜੀ। ਚੱਲ ਕੋਈ ਕਰਜੂ, ਕੜਜੂ ਦਾ ਪੈਰਾ ਆ ਗਿਆ ਭਾਈ, ਧਰਤੀ ਪਲਟ ਜਾਣੀ ਆ ਕੱਲ ਨੂੰ। ਉਹ ਕਿਧਰੇ ਨਹੀਂ ਪਲਟਦੀ ਧਰਤੀ, ਚੁੱਪ ਕਰਕੇ ਪਿਆਰਾ, ਪਲਟ ਜਾਣੀ ਆ ਧਰਤੀ। ਦਿਨੋਂ ਦਿਨ ਵਿਗੜੀ ਜਾਂਦਾ ਬਾਪੂ ਵਾਲਾ ਕੰਮ, ਕਿਸੇ ਵਧੀਆ ਡਾਕਟਰ ਨੂੰ ਦਿਖਾਉਂਦੇ। ਦੋ ਦਿਨ ਹੋ ਗਏ ਰੋਟੀ ਵੀ ਨਹੀਂ ਖਾਈ ਬਾਪੂ ਨੇ, ਕੱਲ ਡਿੱਗਦਾ ਡਿੱਗਦਾ ਮਾਸਾ ਬਚਾਇਆ। ਉਹ ਇੰਨੀ ਜਿਹੀ ਕੁਛ ਨਹੀਂ ਹੁੰਦਾ ਇਹਨੂੰ, ਤੂੰ ਆੜ ਤੇ ਜਾਈ, ਮੈਨੂੰ ਖੇਤ ਕੰਮ ਆ, ਮੈਂ ਬਾਜਰੇ ਨੂੰ ਪਾਣੀ ਲਾਉਣਾ, ਤੂੰ ਜਾਈ ਬਾਈ ਬਣ ਕੇ। ਹੈਂ, ਆ ਸੁਣ ਲਈ ਕੀ ਕਹਿੰਦਾ ਉਹ? ਮੈਂ ਫਿਰ ਗੇੜਾ ਮਾਰ ਲੂੰ ਕਦੇ ਆਉਂਦਾ ਜਾਂਦਾ। ਹੈਂ, ਤੈਨੂੰ ਬੁਲਾਉਂਦਾ ਸੀ। ਉਹ ਚੱਲ ਕੋਈ ਨਾ, ਮੈਂ ਜਾਇਆਂਗਾ ਹੁਣ, ਤੂੰ ਸਾਰ, ਮੈਂ ਦੇਖਦਾ ਖੇਤ ਜਾ ਕੇ, ਬਹੁਤ ਦਿਨ ਹੋ ਗਏ। ਸ਼ਹਿਰ ਜਾਣਾ ਤਾਂ ਸੌਦਾ ਵੀ ਖਤਮ ਆ, ਲੈ ਆਉਣਾ। ਮੇਰੇ ਸਾਰੇ ਟੱਪੜੇ ਪਾਟੇ ਪਏ ਆ, ਨਵੇਂ ਲਿਆ ਕੇ ਦੇ ਦੀ। ਘੜੇ ਨੂੰ ਹੱਥ ਪਾਇਆ, ਸਾਰਾ ਟੱਬਰ ਤੇ ਆਇਆ। ਲੈ ਜੀ ਪਿੱਸੂ, ਮਾੜਾ ਤੂੰ ਖਰਚ ਵੀ ਦੇ ਜਾ, ਮੌਤ ਤਾਂ ਨਹੀਂ ਪੈਂਦੀ ਤੈਨੂੰ। ਜਿਹੀ ਜੀ ਕੁੱਕੋ ਜੀ ਕੁੱਕੋ ਦੇ ਬੱਚੇ। ਚਲੋ ਨਿਆਣਿਓ, ਤੁਸੀਂ ਵੀ ਰੋਟੀ ਖਾਓ, ਚਲੋ। ਯਾਰ ਭੋਰਾ ਕੀ ਹੁੰਦਾ? ਓਏ ਸਬਰ ਰੱਖ, ਜਾਨ ਨਿਕਲਦੀ ਐ ਸਾਲਿਆ। ਓ ਜਮਾਈ ਬੈਠੋ ਖੜਾ ਬਾਈ। ਓ ਨੇਕ ਬਾਈ ਆ ਜਾ, ਓ ਕਰ ਲੈ ਚਿੱਤ ਕਰਾਰਾ। ਆ ਗਿਆ ਆ ਗਿਆ ਆ ਗਿਆ ਆ ਜਾ। ਓਏ ਇਹਦੇ ਕਰਮਾਂ ਚ ਕਿੱਥੇ ਆ ਗਏ ਲਿਆ? ਓਏ ਤਾਂ ਲਾਣੇਦਾਰ ਆ ਲਾਣੇਦਾਰ। ਸੁਣ ਸ਼ਿੰਦੇ ਵਾਲੀ ਚਾਹੁੰਦੀ ਤੈਨੂੰ ਪੇਕਿਆਂ ਤੋਂ ਸਾਹ ਕਰਾ ਸਕਦੀ ਸੀ, ਪਰ ਨਹੀਂ ਕਰਾਇਆ। ਪੁੱਛ ਕਿਉਂ? ਕਿਉਂ ਪੁੱਛ? ਉਹ ਕਿਉਂ? ਉਹ ਤੇਰੇ 15 ਕਿੱਲਿਆਂ ਤੇ ਅੱਖ ਆ ਚੰਦਰੀ ਦੀ ਅੱਖ, ਤਾਂ ਕਰਕੇ ਵਿਆਹ ਟੁੱਟੀ ਜੁੱਤੀ ਪੈਰਾਂ 'ਚ, ਉਹ ਮੈਲੇ ਕੱਪੜੇ, ਉਹ ਮੋਢੇ 'ਤੇ ਘਸਿਆ ਪਰਨਾ। ਓਏ ਤੂੰ ਤਾਂ ਸਿਰਫ ਨਾਂ ਦੀ ਲਾਣੇਦਾਰ ਆ, ਪੱਲੇ ਤੇਰੇ ਕੀ ਆ? ਓਏ ਛੁਣ ਛਣਾ, ਧੀਆਂ ਪੁੱਤਾਂ ਨਾਲ ਜੱਗ ਤੇ ਨਾ ਚੱਲਦਾ, ਤੇਰੇ ਰੰਨ ਨੀ ਕੰਨ ਨੀ, ਉਹ ਤੇਰਾ ਨਾਂ ਕਿਹਨੇ ਚਲਾਉਣਾ? ਤੇਰੀ ਤਾਂ ਕਿਸੇ ਨੇ ਮਿੱਟੀ ਨੀ ਚੱਕਣੀ। ਹਾਂ